ਹਾਂ ਆਪਣਾ ਨਾਂ ਦੱਸਾ ਦਿਓ ਮੈਨਾਂ ਸੀ ਹਾਜੀ ਮੁਹੰਮਦ ਇਕਬਾਲ ਅੱਛਾ ਪਹਿਲਵਾਨੀ ਇੱਥੇ ਤਾਂ ਕਿਵੇਂ ਆਏ ਖਾਨਦਾਨੀ ਪੇਸ਼ਾ ਜਾਂ ਖੁਦ ਪੁੱਛਾਂ ਕਈ ਖਾਨਦਾਨੀ ਪੇਸ਼ਾ ਅੱਛਾ ਕਿਵੇਂ ਆਏ ਬਚਪਨ ਕਿਤੀ ਸਾਲ ਕੰਮ ਲੈਣ ਪਈ ਪਹਿਲਵਾਨ ਦੇ ਬਾਰੇ ਦੱਸਾਂ ਆਪ ਆਪ ਦੇ ਬਾਰੇ ਪਹਿਲੇ ਸਾਰੇ ਪੂਰਾ ਉਹ ਸੀ ਪਹਿਲੂ ਤੂੰ ਉਹੀ ਲੜਕਾ ਮੂੰਹ ਤੇਰੇ ਲਿਆ ਫੈਰਲ ਗਿਆ ਉਹਦਾ ਅੱਛਾ ਪਹਿਲਵਾਨ ਕਹਿੰਦਾ ਤੈਨੂੰ ਪਤਾ ਜੂ ਹੋਆ ਠੀਕ ਛੋਕਰਿਆ ਸੀ ਜਿਲੇ ਉਹ ਪਹਿਲਵਾਨ ਆ ਤਲੇ ਵਕਤ ਛੁਆ ਛੁਆ ਰੋ ਮਿਲ ਲੈ ਗੱਡੀ ਜਵੰਦਰ ਸਾਂ ਗੱਡੀ ਤੇ ਗਿਆ ਫਿਰ ਲੈ ਯਾਨੀ ਕਿ ਉਹ ਮੇਰੇ ਕੋਲ ਬਲਖਾਂ ਆ ਮੈਂ ਮੇਰੇ ਕੋਲ ਗਿਆ ਬਾਈ ਹਾਂ ਤੇ ਉਹ ਫੌਤ ਹੋ ਗਿਆ ਬਲਖੀ ਜੀ ਜਾ ਮਾਇਆ ਅੱਛਾ ਤਾਵਲ ਉਹ ਜਿਲੇ ਉਮਰ ਰਸੀਦਾ ਥੀ ਦੇ ਬੰਦਾ ਕੋਈ ਤਕੜਾ ਥੀ ਦੇ ਤੇ ਤੇਲ ਛਲ ਅਸੈਂਬਲੀ ਪਾ ਦਿੱਤਾ ਸਹੀ ਬਤਰ ਸਰ ਸਹੀ ਨਾਲ ਕਰੀਮ ਬਾਈ ਖਲੋ ਖਾ ਗਿਆ ਅੱਛਾ ਖਲੋ ਪਹਿਲਵਾਨ ਬੈਠਾ ਦਿੱਤਾ ਠੀਕ ਕੋਈ ਮੇਲਾ ਜਾਂ ਦੰਗਲ ਸਿੰਘ ਮੇਲੇ ਲਈ ਨਾ ਬਾਕੀ ਬਗੂ ਪਹਿਲਵਾਨ ਆ ਇਹ ਤੋ ਕੋਰਾ ਦਾਸੀ ਤਾਂ ਬੈ ਜੇ ਅਸਾਂ ਇਹ ਦਾ ਬੜਾ ਪਹਿਲਵਾਨ ਹੈ ਜੇ ਅਸਾਂ ਠੀਕ ਤੇ ਬਗੂ ਨਾਲ ਤੇ ਕੁਛ ਤਾਂ ਕੀ ਹੁੰਦਾ ਇਹਨੇ ਕੁ ਸਾਡ ਬਗੂ ਪਹਿਲਵਾਨ ਨਾਲ ਕੁਛ ਮੇਰੀ ਇੱਕ ਮੱਕ ਬਗੂ ਢਾ ਗਈ ਅੱਛਾ ਲੀਨ ਤੋਂ ਨਾਲ ਲੜੇ ਛੋਕੇ ਆ ਠੀਕ ਵਾਲ ਲੜੇ ਜਨਾਂ ਤੇ ਜਿੱਤਣਾ ਹੀ ਲੜਿਆ ਤੇ ਬਰਾਬਰ ਨਹੀਂ ਲੜਿਆ ਉਹ ਤਾਂ ਖਾੜੇ ਵਾਲ ਤਾਂ ਅੱਲਾ ਸਾਹਿਬ ਪਹਿਲਵਾਨ ਅੱਛਾ ਤੇ ਕੁਸ਼ਤੀਆਂ ਫਿਰ ਖਾੜੇ ਵਾਲ ਜਿਹੜਾ ਹੁੰਦੇ ਉਹ ਜਿਹੜਾ ਸੁਣਿਆ ਹੀ ਹੋਵੇ ਨਾਲ ਬੈਠ ਤਾਂ ਸਾਰਿਆਂ ਨਾਲ ਕਹਿੰਦੇ ਆ ਤੇ ਸਾਡੇ ਸੈਂਫਲ ਪਹਿਲਵਾਨ ਕਿਤੀ ਉਮਰ ਤੋਂ ਸ਼ੁਰੂ ਕੀਤੀ ਸੈਂਫਲ ਪਹਿਲਵਾਨ ਸੀ ਮੈਂ ਜਿਵੇਂ ਕਿ 15-16 ਸਾਲ ਦਾ ਅੱਛਾ ਪਹਿਲੇ ਉਹਨਾਂ ਦੇ ਵਡੇਰੇ ਕਰੇ ਨਿਆਂ ਮੈਂ ਕੋਨੋ ਸ਼ੁਰੂਆਤ ਕੀਤੀ ਯਾਨੀ ਕਿ ਵਡੇਰੇ ਕਰੇ ਜਾਨ ਵਾਲ ਸਾਡੇ ਬਾਪਾ ਕੋ ਤੋਂ ਖੱਟਾ ਅੱਛਾ ਉਹ ਆਦਾ ਮੈਂ ਨੰਬਰਦਾਰ ਆ ਤੇ ਤੂੰ ਲੜਦਾ ਕਹੇ ਲੈ ਮੋਚੀ ਨਾਲ ਲੜਾ ਪੀ ਕਹੇ ਲੈ ਬਿਰਾਸੀ ਨਾਲ ਲੜਾ ਪੀ ਕਹੇ ਲੈ ਤੇ ਨਾਲ ਲੜਾ ਸ਼ਿੱਤਾ ਜਾ ਕੰਮ ਆਪਣੇ ਵੀ ਲੜ ਤੂੰ ਅਗਲੇ ਲੜ ਤੂੰ ਅਗਲੇ ਲੜ ਤੇ ਹਾਸੇ ਵਾਲ ਕੀ ਲੱਭਾ ਕੁਛ ਨਾ ਲੱਭਾ ਤੂੰ ਮਿਹਰਬਾਨੀ ਕਰ ਕੀ ਕੰਮ ਕੋਲ ਪਾ ਲਾ ਉਹ ਨਾ ਰੁਕਦਾ ਸਾਰਾ ਚਾਚਾ ਹਾ ਉਹ ਪਰਵਾਨੀ ਕਰਵੇ ਨਾ ਉਹ ਕੁਝ ਵੀ ਲੜਦਾ ਹਾ ਉਹ ਪਹਿਲਵਾਨ ਨਾਲ ਲੜੇ ਇਹ ਦੱਸਾ ਦਿਓ ਕਿਹਨੇ ਕਿਹਨੇ ਜਿੱਤੇ ਕਿਹਨੇ ਕਿਹਨੇ ਹਰੇ ਅਸੀਂ ਲੜਾ ਤਾਂ ਸਾਰੇ ਪਹਿਲਵਾਨ ਨਾਲ ਗੋਗੇ ਪਹਿਲਵਾਨ ਨਾਲ ਲੜੇ ਗੋਗੇ ਗੁਜਰਾਨ ਨਾਲ ਗੋਗੇ ਗੁਜਰਾਨ ਬਹੁਤ ਨਾਮ ਪਰ ਪਹਿਲਵਾਨ ਆ ਕਾਫੀ ਕੁਸ਼ਤੀਆਂ ਚਾਹੀਏ ਬਰਾਬਰ ਵੀ ਥੈਨ ਢਾਠ ਹਵਾ ਵੀ ਥੀਂਦੀ ਰਹੀ ਹੈ ਰਾਜੂ ਪਹਿਲਵਾਨ ਨਾਲ ਕੁਸ਼ਤੀਆਂ ਚਾਹੀਏ ਤੇ ਸਾਹਿਬ ਗੋਗੇ ਗੁਜਰਾਨ ਲੜੇ ਸੀ ਅੱਛਾ ਮੇਰੇ ਕੋਲੇ ਚਾਰ ਕੁਸ਼ਤੀਆਂ ਸੀ ਠੀਕ ਹੈ ਜੀ ਮੈਂ ਪਹਿਲਵਾਨ ਆ ਕੇ ਉਹ ਜੀਦਾ ਬੈਠੇ ਤੂੰ ਆ ਕੇ ਜੇ ਮੈਂ ਸੈਫਲ ਖਾਨ ਕੋ ਤੂੰ ਤਾਂ ਫਟਾ ਹੈ ਇੱਕ ਦਫਾ ਮੂੰਹ ਠਾਇ ਬਾਕੀ ਸਭ ਬਰਾਬਰ ਜਿੰਨੇ ਲੜਨ ਬਰਾਬਰ ਸਹੀ ਤਾਂ ਇੱਕ ਮਾਰ ਜਿਹੜੀ ਮੇਰੀ ਪਹਿਲੀ ਕੁਸ਼ਤੀ ਚਾਹੀਏ ਮੈਂ ਵਿੱਚ ਵੱਡਾ ਪਹਿਲਵਾਨ ਵਿੱਚ ਬਟਾ ਭੋਲਾ ਰੁਸਤੇ ਜ਼ਮਾਨ ਅੱਕੀ ਮੁਨ ਆਪਣਾ ਅੱਕੀ ਮੁਨ ਸਖੜਾ ਅੱਛਾ ਤਾਂ ਜਿਹੜੇ ਕੁਸ਼ਤੀ ਮੈਂ ਮੇਰੇ ਜਿਹੜੇ ਥਈ ਦਾ 7 ਮਿੰਟ ਤੇ ਜਾਂ 9 ਮਿੰਟ ਹੈ ਇਹ ਰੁਸਤੇ ਕੁਸ਼ਤੀ ਨਹੀਂ ਚਾਹੀਏ ਕਿਹੜੀ ਜਗ੍ਹਾ ਥਈ ਮੁਲਤਾਨ ਥਈ ਠੀਕ ਗੋਗਾ ਪਹਿਲਵਾਨ ਜਿਹੜਾ ਖੜ ਰਹੀ ਹੈ ਪਹਿਲਵਾਨ ਨੂੰ ਜਦ ਜਿਵੇਂ ਬੰਦੇ ਕੁੱਕਾ ਨਹੀਂ ਤੂੰ ਲੜਦੇ ਤੇ ਬਹਿ ਜੇ ਪਹਿਲਵਾਨ ਵਿੱਚ ਸਿਰ ਸਾਡੇ ਨੂੰ ਟੁੱਟਾ ਵਜੇ ਗੋਗਾ ਹੀ ਕੱਢ ਖੜੇ ਪਹਿਲਵਾਨ ਆ ਜਾਵੇ ਮੁੰਡੇ ਮਰਾਉਣ ਲੱਗਿਆ ਇਤਨੀ ਕੁਸ਼ਤੀ ਹੋ ਗਈ ਕੁਸ਼ਤੀ ਯਾਨੀ ਕਿ 3-5-7 ਮਿੰਟਾਂ 7-8 ਪਕੜਾਂ ਸੀ ਗਈ ਉਹ ਵੜਾ ਮੈਂ ਦੀ ਉਹ ਵੜਾ ਮੈਂ ਦੀ ਉਹ ਹੀ ਉਹ ਕੋਈ ਚੀਜ਼ ਸੀ ਸਹੀ ਪੂਰਾ ਜ਼ੋਰ ਲੱਗ ਪੂਰਾ ਜ਼ੋਰ ਲੱਗ ਕੁਸ਼ਤੀ ਬਰਾਬਰ ਸੀ ਠੀਕ ਤੇ ਇੱਕ ਪਰ ਉਠਾਇਆ ਇੱਕ ਬਣੇ ਅੱਲਾਹ ਵਾਲਾ ਉਠਾਇਆ ਕਿ ਇੱਕਾ ਕੁਸ਼ਤੀ ਉਠਾਈ ਬਾਕੀ ਸਾਰੀਆਂ ਬਰਾਬਰ ਸੀ ਤੇ ਰਾਜੂ ਰਾਕੜ ਨਾਲ ਲੱਗਿਆ ਰਾਜੂ ਰਾਕੜ ਕੋਲ ਡੱਠਾ ਵੀ ਹੈ ਢਾਇਆ ਵੀ ਹੈ ਅੱਛਾ ਕਿਹੜੇ ਜਾਤੇ ਢਾਇਆ ਨੇ ਮੁਲਤਾਨੀ ਥੀ ਦੇ ਢਾਇਆ ਯਾਨੀ ਕਿ ਉਹ ਢਾ ਢਵਾ ਉਹਨਾਂ ਦੀ ਥੀ ਰਹੀ ਰਾਜੂ ਵੀ ਇੱਕ ਦੁਨੀਆ ਦੇ ਇੱਕ ਬਹੁਤ ਵੱਡਾ ਨਾਮ ਪਰ ਪਹਿਲਵਾਨ ਸਹੀ ਬਹੁਤ ਵੱਡਾ ਪਹਿਲਵਾਨ ਆ ਮੂੰਹ ਦੇ ਬਾਵਜੂਦ ਵੀ ਉਹ ਆਖੇ ਦਾ ਵੀ ਦਾਤ ਪਰ ਅਸਾਂ ਕੋਈ ਪਾਵਰੇ ਵੀ ਢੇਰ ਡਾਢਾ ਸੀ ਗਏ ਪਹਿਲੂ ਜਿਹੜਾ ਸਾ ਤਕੜੇ ਹੱਥ ਹੈ ਚੰਗੇ ਜੋ ਫੁਰਤੀਲਾ ਜਵਾਨਾ ਡਾਢਾ ਰਾਜੂ ਰਾਜ ਅਤੇ ਉਹ ਆਖੇ ਦਾ ਜਿਹੜੇ ਅਸਾਂ ਇਹ ਇਹਦੇ ਪਾਵਰ ਫੁੱਲ ਪਈ ਆ ਸਾਡੇ ਹੱਥਾਂ ਨਾਲ ਲੜਵਾ ਸਾਡੇ 8 ਮਜ਼ਬੂਤ ਕਰ ਦਿੰਦਾ ਠੀਕ ਤਾਂ ਉਹਦੀਆਂ ਕੁਸ਼ਤੀਆਂ ਵੀ ਇਹਨਾਂ ਦੀਆਂ ਆਪਾਂ ਦੇ 10-15 ਸ਼ਹਿਜ਼ਾਦੇ ਨੇ ਸੀ ਗਈਆਂ ਜਿੰਨੀਆਂ ਕੁਸ਼ਤੀਆਂ ਚਾਹੀਦੀਆਂ ਅਤੇ ਲਾਹੌਰ ਦੇ ਕਿਹੜੇ ਕਿਹੜੇ ਪਹਿਲਵਾਨ ਨਾਲ ਲੜੇ ਹਨ ਮੈਂ ਆਖਿਆ ਕੋਈ ਵਹਿਲਾ ਹੀ ਬੱਚਾ ਹੋ ਸੀ
ਪੱਪੂ ਪੱਪੂ ਲਾਹੌਰੀ ਤੇ ਗਿਆ ਪੱਪੂ ਨਾਲ ਲੜਾਈ ਉਹਦਾ ਅੱਛਾ ਆਪਣਾ ਪਿੱਛੇ ਚੋ ਇਹ ਤੇ ਪਿੱਛੇ ਥੈ ਨਾ ਪੱਪੂ ਪਿੱਛੇ ਦੀ ਇਹ ਵੀ ਉਹ ਭੋਲਾ ਬਾਦੀ ਮੁਸ਼ਤਾਕ ਭੋਲਾ ਮੁਸ਼ਤਾਕ ਭੋਲਾ ਚਾਰ ਪੰਜ ਬਿਆਨ ਇਕੱਠਾ ਕਹਿੰਦੇ ਸਾਰੇ ਨੂੰ ਰਾਤ ਦਾ ਲਾਹੌਰ ਦੇ ਕਿਹੜੇ ਵੱਡੇ ਪਹਿਲਵਾਨ ਹਨ ਜਿਨ੍ਹਾਂ ਨਾਲ ਲੜੇ ਹਨ ਅਜੇ ਕਹਲੇ ਸੈਕਲਾਂ ਦਾ ਬਹੁਤ ਵੱਡਾ ਪਹਿਲਵਾਨ ਆ ਅੱਛਾ ਗ੍ਰਾਮ ਬਹੁਤ ਵੱਡਾ ਪਹਿਲਵਾਨ ਆ ਰਾਜੂ ਵੱਡਾ ਪਹਿਲਵਾਨ ਆ ਬਾਕੀ ਗਾੜੀ ਤੇ ਬਿਆਨਾ ਹੀ ਆ ਦਿੱਤਾ ਦੇਖੋ ਮਲੂਮ ਜਿੰਦਾ ਦਾ ਲਾਹੌਰ ਪਹਿਲਵਾਨ ਹੈ ਬਿੱਲੂ ਗੁੱਡਾ ਅੱਛਾ ਭੋਲੇ ਗਾੜੀ ਕਹਿਣਾ ਕੀ ਦਾਈ ਬਿਆਨਾ ਅੱਛਾ ਬਿੱਲੂ ਆਪਣਾ ਵਾ ਚੋਕਰਾਂ ਦਾ ਢਾੜਾ ਸੋਣਾ ਤੇ ਢਾੜਾ ਵੱਡਾ ਜਵਾਨ ਉਹ ਗੁੱਡਾਇਆ ਅੱਛਾ ਇਹ ਗੁੰਗੇ ਵਾਲਾ ਪੁੱਤ ਗੁੱਡਾਇਆ ਕਦੀ ਪੁਜਾਈ ਉੱਚ ਦਾ ਗੁੱਡਾਇਆ ਅੱਛਾ ਪਾਣੀ ਬਹਾਵਲਪੁਰ ਦੀ ਤੇ ਤਾਜ ਤੇ ਉਹਨੇ ਦਿੱਤੀ ਕੁਸ਼ਤੀ ਉਹ ਕਿਵੇਂ ਥਈ ਤਾਜ ਪਹਿਲਵਾਨ ਪਹਿਲਵਾਨ ਹਾ ਉਹ ਹਟ ਚੁੱਕਾ ਹੈ ਅਸਾਂ ਹੋਰ ਪਹਿਲਵਾਨ ਪਹਿਲੀ ਗੱਲ ਹੈ ਦੂਜੀ ਗੱਲ ਉਹਦੇ ਤੇ ਮੇਰੇ ਜ਼ੋਰ ਦਾ ਬੜਾ ਅੱਧੋ ਅੱਧ ਫਰਕ ਹੈ ਬਾਜੀ ਬਾਦਸ਼ਾਹ ਯਾਨੀ ਕੋਈ ਇਤਨੀ ਦੇਰੀ ਕੁਸ਼ਤੀ ਤੇ ਸੱਜਣ ਸਾਰੇ ਰਲੇ ਹਨ ਸਾਹਮਣੇ ਜਿਹੜੀ ਪੰਜ ਮਿੰਟ ਖੜੇ ਦਾ ਪਹਿਲਵਾਨ ਤਾਜ ਕਹਿੰਦਾ ਖੜਦਾ ਲੱਗਦਾ ਬੰਦੇ ਆਦੇ ਮੈਂ ਜਿਹੜੀ ਦੇ ਜਿਤਨੀ ਦੇਰ ਖੜਾ ਦੇਖਣਾ ਜਿਹੜੇ ਲੱਗਾ ਹੀ ਕੋਈ ਬਦਲਾ ਤਲੇ ਸੱਟਾ ਲਾਤ ਕੋ ਤਾੜੀ ਖੜਵਾਂਗੇ ਜਾਂ ਲਾਤ ਕੋ ਲੱਗ ਸੈਂ ਤਾਰਾ ਫੁੱਲ ਫੋ ਜਿਵੇਂ ਲਾਤ ਕੋ ਲੱਗਾ ਬਦਲਾ ਤਲੇ ਸੱਟਾ ਇਹ ਵਾਲਾ ਤੇ ਲਾਲ ਸ਼ਾਹ ਨਾਲ ਲੜੇ ਲਾਲ ਸ਼ਾਹ ਉੱਠੇ ਨਾ ਲਾਲ ਸ਼ਾਹ ਨੇ ਜੋਰ ਵਾਲੇ ਹਨ ਲਾਲ ਸ਼ਾਹ ਉਹਨੇ ਕੋਈ ਚੜਨ ਵਾਲੇ ਨਾ ਸਿੱਧੇ ਲੋਕਾਂ ਨੂੰ ਸਹੀ ਪਹਿਲਵਾਨ ਸਾਰੇ ਖੜਿਆ ਸੀ ਮੈਂ ਲੈਣ ਲੱਗਾ ਉਹ ਆਜ ਖੜਾ ਮੈਂ ਪਹਿਲੇ ਹੀ ਕਰ ਲਾਉਣ ਉਹ ਢੇਰ ਸਾਰੇ ਖੜੇ ਪਰ ਉਹ ਥੋੜ੍ਹੀ ਦੇਰ ਤੇ ਲਾਇਆ ਮੈਂ ਉਹ ਕੋਲ ਬਾਅਦ ਪੁੱਛਣ ਲੱਗਿਆ ਪਤਾ ਕਿ ਨਾ ਜਲਦੀ ਰਾਜ ਅਜੇ ਮੈਂ ਇਹਨਾਂ ਨੂੰ ਪੁੱਛੀ ਲੈਣਾ ਸੱਤ ਪਕੜਾਂ ਮੋਹ ਲੈਣੇ ਨੇ
ਜਦੋਂ ਨਿਕਲਾ ਮੇਰਾ ਜ਼ਿਹਨ ਬਣ ਗਈ ਮੈਂ ਅਗੇ ਤੇ ਕਿ ਬਈ ਫਲਾਂ ਨੂੰ ਝਲੀਂਦਾ ਹੀ ਨਹੀਂ ਜਿਹੜੇ ਜਣੇ ਸੱਤ ਪਕੜਾਂ ਕੁਸ਼ਤੀਆਂ ਨਾਲ ਨਾ ਕਵੇ ਇਹ ਮਿਹਰ ਦਿਨ ਥੱਕ ਵੀ ਸੀ ਇਹ ਥਾ ਦੀ ਇਹ ਜਣੇ ਢਾਏ ਗਈ ਇੱਕ ਬਣੀ ਢਾਏ ਕਿਵੇਂ ਗਈ ਮੇਰੇ ਜ਼ਿਹਨ ਹੀ ਕਹਿੰਦੀ ਮੈਂ ਕੋਈ ਕਿਵੇਂ ਦਿੱਤੇ ਇਹਦਾ ਡਾਹਣ ਦਾ ਕੋਈ ਚਾਹ ਸੀ ਨਾ ਕਿ ਉਹ ਮੁਖੇ ਪਲਵਾਨ ਲੱਗੇ ਪੂਰੇ ਦਿਨ ਅਤੇ ਇੱਕ ਲੱਗਿਆ ਹੀ ਨਹੀਂ ਖਾ ਲਓ ਦੱਸੋ ਸਭ ਕਰਾਮਤ ਦੱਸੋ ਲਾਹੌਰ ਦੇ ਵਿੱਚ ਉਹ ਹੀ ਅੱਗੇ ਮੈਂ ਵੀ ਸਾਹਮਣੇ ਨਜ਼ਰਦਾ ਹਾਂ ਜਿੰਨਾ ਕੋਈ ਆ ਮੇਰੇ ਉੱਤੋਂ ਆਉਂਦਾ ਖੜਾ ਰੰਗ ਤਾਂ ਬਗਲਟਾ ਪੰਜਿਆ ਥਾਏ ਪੌਣ ਸਿਰ ਤਾਂ ਤਰ੍ਹਾਂ ਡੋਵੇ ਮੇਰੇ ਉੱਤੋਂ ਉਹਨਾਂ ਪਕੜਾਂ ਮੈਂ ਲੜਾਈ ਤਰਾਏ ਤ੍ਰੀਹੇ ਮੈਂ ਜੋ ਦਲਵਾ ਦੇ ਇਹ ਪਹਿਲਵਾਨ ਮੈਂ ਕੋਈ ਲੱਗੇ ਉਹ ਫੁਰਤੀਲਾ ਬੰਦਾ ਹਾਂ ਇਹ ਪਹਿਲਵਾਨ ਹੈ ਮੈਂ ਕੋਈ ਇੰਡੀਆ 'ਚ ਕੋਈ ਜਾ ਕੋਈ ਮੈਂ ਲੜਾ ਜਾ ਕੋਈ ਸੱਟਾਂ ਮੁੱਕ ਉਠਾਇਆ ਜਾ ਕੋਈ ਸੱਟਾਂ ਮੁੱਕ ਉਠਾਇਆ ਕੀ ਮੈਂ ਪੈਸੇ ਸਮਝਿਆ ਇਹ ਤਾਰੀਖ ਉਹ ਪਹਿਲੇ ਦਿਨ ਪਹਿਲੇ ਠੀਕ ਠੀਕ ਕੋਈ ਭੋਲੇ ਖਾਨਦਾਨ ਨਾਲ ਕੋਈ ਨਹੀਂ ਕੋਈ ਕੁਸ਼ਤੀ ਸੀ ਸੈਂਪਲ ਖਾਨ ਅੱਛਾ ਉਹ ਝਾਰੇ ਨਾਲ ਦੰਗਲ ਸੀ ਆਈ ਉਹ ਕਿਵੇਂ ਰੁਕ ਕੇ ਆਈ ਬਾਅਦ ਖਾੜੇ ਜੇ ਆ ਗਏ ਸਾਰੇ ਉਹ ਸ਼ਾਇਦ ਉਹ ਆ ਕੇ ਖੜੇ ਆਂਦੇ ਬਈ ਤੈਨ ਨਾਲ ਜਾਤ ਪਦਰ ਤੇ ਉਠਾ ਸੀ ਅੱਛਾ ਤੇ ਉਹ ਪੁੱਛਣਾ ਕੀਤਾ ਬੰਦਾ ਫੇਰ ਤੌਰ ਤੇ ਦੰਗਲ ਦੇ ਵਿੱਚ ਉਹ ਆ ਗਏ ਮੈਂ ਜਲਦ ਸਾ ਕਾਟਾ ਅੱਛਾ ਮੈਂ ਬਰਾਬਰ ਦੀ ਲੜਾਂ ਪਲਵਾਨ ਨਾ ਲੜਾਉ ਜਾਗਾ ਬਾਅਦ ਜਾਰਾ ਪਲਵਾਨ ਠੀਕ ਹੀ ਮਤੇ ਤੂੰ ਦੰਗਲ ਰੁਕ ਗਿਆ ਉਹ ਸਾਰਾ ਜਿਆਰਾ ਪੇੜ ਵਿੱਚ ਨਿਕਲਦਾ ਵੀ ਗਿਆ ਹੋ ਗਿਆ ਲਗਾ ਅੱਛਾ ਉਹ ਸਾਰੇ ਸਾਰੇ ਤੇਰਾ ਪੁਆਇ ਸਾਰੇ ਸਾਰੇ ਲੋਕ ਠੀਕ ਠੀਕ ਇਲਾਕੇ ਦਾ ਨਾਮ ਹਾ ਵਲ ਤੱਕ ਮਤੇ ਮੇਰੇ ਜਵਾਨ ਫਿਲਟ ਕਿੱਦਾਂ ਮਿਲ ਜਾਈ ਤਾਂ ਜਿਹੜਾ ਡਾਇਆ ਨਾ ਉਹਦਾ ਰਸਤਾ ਮੈਂ ਰਿਆਸਤ ਦਾ ਰਸਤਾ ਬਣਾਇਆ ਗਿਆ ਅੱਛਾ ਡਿਵੀਜ਼ਨ ਪੂਰੇ ਦਾ ਤਾਂ ਉਹ ਬੈਲਟ ਦਿੱਤਾ ਨੇ ਜੀ ਜੀ ਠੀਕ ਬੇਟੀ ਜੀ ਬਣੀ ਹੋਈ ਆਈ ਅੱਛਾ ਰਸਤਾ
ਸਾਹਿਬ ਜੱਗ ਦਾ ਇਲਾਕਾ ਹਾ ਟੈਂਸ਼ਨ ਜਿ ਲੱਗਦੀ ਹੈ ਛੇ ਜੇ ਕਿਆ ਉਠਾਰੀ ਪਰ ਮਮੂਨ ਸ਼ਾਹ ਭੱਜਿਆ ਥਾ ਗਿਆ ਬਾਰੇ ਸਾਹਿਬ ਜੀ ਰਾਤ ਤੋਂ ਰੇ ਕੁੱਤੇ ਨਾਲ ਦੇ ਲਾਲ ਅੱਲਾ ਵਾ ਉਹ ਅਦੇ ਉਸਤਾਦ ਜੀ ਦਾ ਹੁਕਮ ਕਰੋ ਅੱਲਾ ਵਾਸਤੇ ਕਿ ਤੁਹਾਡੇ ਕਿਤੇ ਜਾਨ ਕੁਰਬਾਨ ਅੱਲਾ ਤੇ ਬਹੁਤ ਬੇਨਿਆਜ਼ ਚਾਹੀਏ ਤੁਹਾਨੂੰ ਹੁਕਮ ਦਿਓ ਉਹ ਆ ਕੇ ਯਾਰ ਮੈਂ ਕੋ ਸੈਫ ਢਾਇਆ ਤੇ ਮੈਂ ਕੋ ਘਰ ਢਾਇਆ ਤੇ ਮੈਂ ਕੋ ਬੜੀ ਬੇਇੱਜ਼ਤੀ ਮੈਂ ਬੇਇੱਜ਼ਤਾ ਕਰ ਦਿੱਤਾ ਹੈ ਬਹੁਤ ਅੱਛਾ ਫਲਾਣੀ ਨਵਰ ਕੁੱਤੇ ਆ ਹਾਜ਼ਰ ਹੈ ਕਿ ਕਿਰਾਇਆ ਬੜਾ ਉਹ ਆ ਕੇ ਮੈਂ 1 ਰੁਪਿਆ ਨਹੀਂ ਕਿਤੇ ਮੈਂ ਹਾਜ਼ਰ ਸੀ ਉਹ ਕਹੇ ਯਾਰ ਮੈਂ ਕੋ ਧੋਖਾ ਨਾ ਦੇਵਾਂ ਟੁਰ ਦੇ ਬਾਕੀ ਆ ਕੇ ਮੀਆਂ ਮੈਂ ਕੋਈ ਧੋਖਾ ਨਹੀਂ ਦਿੰਦਾ ਪਹਿਲਵਾਨ ਜੀ ਉਹ ਚਲਾ ਗਿਆ ਵਾ ਇਹ ਹਾ ਕੱਲਾ ਆਪਦੇ ਮੂੰਹ ਸੁਣਾਇਆ ਅੱਗੇ ਜਿਲੇ ਮੁਸ ਕਰ ਗਈਆਂ ਸਿਆਲੇ ਦਾ ਯਾਨੀ ਕਿ ਦੇਹਨ ਨਾ ਇਹਦੀ ਸਰਦੀ ਆਈ ਨਾ ਇਹਦੀ ਗਰਮੀ ਆਈ ਚੰਗੀ ਕੱਪੜਾ ਕਰੀਂਦਾ ਉੱਥੇ ਮੈਂ ਇਹਨੇ ਕੱਪੜਾ ਕਰਕੇ ਬੈਠਾ ਰਹੀਆਂ ਉਹ ਆਖਿਆ ਜਿਹੜੇ ਲੈ ਉਹ ਆਵੇ ਸੀ ਉਹ ਕਿਸੇ ਨੇ ਕੋਈ ਮਾਈ ਦਾ ਲਾਲ ਲੜੇ ਉਹ ਲੋਕੀ ਕਰ ਭਗਵਾਨ ਆ ਕੇ ਮੈਂ ਰੁਮਾਲੀ ਪਾਸੇ ਬੈਠਾ ਰਹੀਆਂ ਕੱਛਾ ਨੇ ਪਾਤਾ ਅਤੇ ਜਿਹੜੇ ਲੈ ਉਹ ਆਖੇ ਨਾ ਕੋਈ ਮਾਈ ਦਾ ਲਾਲ ਲੜੇ ਉਹ ਵਿੱਚ ਆ ਗਈ ਤਾਰੇ ਸ਼ਾਰੇ ਸ਼ੁਰੂ ਸੀ ਗਏ ਦੁਨੀਆ ਤਾੜੀਆਂ ਮਾਰਨ ਲੱਗ ਗਈ ਮੈਂ ਉਹ ਲੱਤੇ ਕਿਤੇ ਕੱਪੜੇ ਲਾਏ ਵਿਆਹ ਕੀ ਬਾਕੀ ਵਿੱਚ ਪਾ ਜਿਹੜੇ ਵਿੱਚ ਕਿੰਬਰ ਨਾ ਬਕਟਾ ਲਾ ਕਹਿੰਦੇ ਤਾਂ ਇਹਦਾ ਵੱਡਾ ਜਵਾਨ ਤੈ ਕੋ ਖਾਇਰੇ ਕੀ ਹੈ ਮੈਂ ਇੱਕ ਦੁਕਾਨ ਦੇ ਬਟਨ ਆ ਗਿਆ ਕੱਪੜਾ ਦਾ ਖਿਆਲ ਰੱਖਿਆ ਤਾਂ ਬਾਈ ਜਿਹੜੇ ਵਿੱਚ ਕੇ ਜਦੋਂ ਪ੍ਰੇਦ ਆ ਕੇ ਦੁਨੀਆ ਰਾਂਗ ਕੋਟ ਕੇ ਵੀ ਇਹ ਕੀ ਬਾਤ ਹੈ ਇਹ ਕੀ ਬਾਤ ਉਹ ਜਾਣਦਾ ਹੀ ਸਾਹਿਬ ਹਾਂ ਆਦੇ ਵਾਲ ਪੂਰੇ ਇਲਾਕੇ ਦੇ ਲੋਕ ਹੋਰ ਲਾ ਖੜੇ ਤੇ ਮਿਹਰਬਾਨੀ ਕਰ ਤੂੰ ਲਾੜ ਉਹ ਆ ਕੇ ਮੈਂ ਨਹੀਂ ਲੜਦਾ ਜਿਹੜੇ ਇੱਕ ਬੰਦਾ ਹੋ ਗਿਆ ਤੱਕ ਮੈਂ ਮਾਝ ਦੇ ਸਾ ਪੇਮੈਂਟ ਕੀਤੇ ਮੁਫਤ ਦੇ ਸਾ ਕੁਸ਼ਤੀ ਲਾੜੀ ਦੇ ਨਾਲ ਉਹ ਆ ਕੇ ਮੈਂ ਤੂੰ ਲਾੜੇ ਮੈਂ ਸਾਹਿਬ ਇਨਕਾਰ ਕਰ ਗਿਆ ਇਨਕਾਰ ਕਰ ਗਿਆ ਨਾ ਲੜਾ ਆ ਕੇ ਹੇਕ ਮਣ ਕੋਲ ਪੀਲੀ ਔਰਤਾਂ ਦੀ ਹਾਈ ਹੇਕ ਮਣ ਕੋਲ ਬੰਦੇ ਹਨ ਅੱਛਾ ਜੇਲੇ ਉਹ ਨਾ ਲੜਾ ਉਹ ਕੱਪੜੇ ਪਾ ਕੇ ਜੇ ਮੈਂ ਕੋਈ ਪੇੜ ਫਿਰਾਇਆ ਉਹ ਨਾ ਜੇਲੇ ਮੈਂ ਮਾਂ ਕੋਲ ਗਿਆ ਖਾੜੀਆਂ ਮੈਂ ਵਡੇ ਰਿਹਾ ਸੀ ਉਹਨਾਂ ਕੋਲ ਪੁੱਤਰਾ ਆ ਤੂੰ ਸਾਡੇ ਚੁੱਜੇ ਮਾਂ ਆ ਕਿ ਜਿੱਤਨੇ ਮੈਂ ਕੋਈ ਇਨਾਮ ਇਹਦੇ ਜੁੱਠੀ ਆ ਜਵਾਨ ਹੈ ਕਿਉਂ ਕੋਲ ਦੁੱਗਣਾ ਔਰਤਾਂ ਜੁੱਤੀ ਠੀਕ ਠੀਕ ਮੈਂ ਕਮਰਾ ਮਾਂ ਦੀ ਚਲਾ ਕਮਰ ਨਿੱਕੀ ਤੀ ਹਜ਼ਾਰ ਆ ਕੇ ਤੀਆ ਮੈਂ ਚਾਹੀਏ ਸ਼ਾਹ ਦੇ ਕੁਝ ਰੱਖਾ ਮੈਂ ਕਿਨੂੰ ਦੇ ਪਾ ਤੂੰ ਆ ਗਏ ਤੇ ਮੈਂ ਜਾਣੀ ਤੇਰੇ ਜਿਹੜਾ ਕੋਈ ਤਾਂ ਮੈਰੀ ਤਾਂ ਤੂੰ ਬਣਾਈਏ ਮੈਂ ਕੋਈ ਜ਼ਿੰਦਗੀ ਬਾਹਰ ਨਹੀਂ ਭੁੱਲਦੀ ਇੱਕ ਤੂੰ ਚਾਹ ਵਾ ਵਾਲ ਲਈਏ ਕਿ ਮੈਂ ਸ਼ਾਹ ਦੇਖੀ ਜੇ ਹਜ਼ਾਰ ਇੱਕ ਰੁਪਿਆ ਹੱਥ ਛੋੜਾ ਦੋ ਯਾਰ ਤੂੰ ਸਹੀ ਆ ਸਹੀ ਮੈਂ ਕੋ ਕਹਿਣਾ ਤੇਰੀ ਸ਼ਾਹ ਦਾ ਨਾਮ ਕਿਆ ਹੈ ਮਮੂਦ ਸ਼ਾਹ ਖੱਗਾ ਅੱਛਾ ਉਹ ਕਿਤੋਂ ਧਿਆਨ ਸਹੀ ਵਾਰ ਮਾਂ ਇਲਾਕੇ ਦਾ ਕੇ ਤੁੰਗਾ ਠੀਕ ਵਰਜ਼ਿਸ਼ ਕਿਤਨੇ ਕਰੇ ਨੇ ਹਨ ਵਰਜ਼ਿਸ਼ ਤਾਂ ਮੇਰੇ ਬੱਚਾ ਕਿੰਨੇ ਵਜੇ ਉੱਠਦੇ ਹਨ ਜਿਹੜੇ ਲੈ ਨਮਾਜ਼ ਦਾ ਟਾਈਮ ਥੀਂਦਾ ਹੈ ਦੌੜਾਂ ਛੌੜਾਂ ਸਾਰੇ ਖਾਤੇ ਮੁਕਾਈ ਬੈਠਾਂਦਾ ਬਾਅਦ ਜੇ ਰੁਮਾਲੀ ਹੋ ਜਾਂਦਾ ਅੱਛਾ ਠੀਕ ਅਤੇ ਖਾੜਾ ਕਿਤੇ ਬੰਦੇ ਨਾਲ ਖੇਡਦੇ ਹਨ ਵੱਡੇ ਵੱਡੇ ਕਿਹੜੇ ਪਹਿਲਵਾਨ ਨੇ ਖਾੜੇ ਵਾਲ ਖਾੜੇ ਵਾਲ ਉਸਤਾਦ ਸ਼ਫੀ ਹੁੰਦਾ ਬੱਚੇ ਦਾ ਹਵਾਲਾ ਦੇ ਦੇ ਗੁਲਾਮ ਕਾਦਰ ਲਾੜ ਹੁੰਦਾ ਅੱਲਾ ਉਸਾ ਖਾਂ ਬਲੋਚ ਦੇ ਪਿੱਛੇ ਰਲਾ ਮੀਆਂ ਜਲੀਰ ਹੁੰਦਾ ਉਸਤਾਦ ਅਹਿਮਦ ਬਸ਼ਕ ਹੁੰਦਾ ਕਸਾਈ ਅੱਛਾ ਇਹ ਜਿਹੜੇ ਚੰਗੀਆਂ ਕੋਈ ਚਾਹਣ ਵਾਲੇ ਸਾਰੇ ਇਕੱਠੇ ਹੁੰਦੇ ਪਹਿਲਵਾਨ ਨਾਲ ਵੀ ਦਿੱਤੀ ਬਰਾਬਰ ਲੇਕਿਨ ਜਿਹੜੇ ਪਹਿਲਵਾਨ ਆਏ ਤੂੰ ਜੋੜ ਕਰਨਾ ਅੱਛਾ ਤੁਸੀਂ ਦਾਦ ਪੋਤਰੇ ਨਾਲ ਤੁਸੀਂ ਸਭ ਤੋਂ ਜ਼ਿਆਦਾ ਕਰੀਬ ਰਹੀ ਹੋਏ ਅਤੇ ਕਿਉਂਕਿ ਉਹ ਹੁਣ ਜ਼ਿੰਦਾ ਕਹਿ ਨਹੀਂ ਅਤੇ ਅਸਾਂ ਹੁਣ ਕਹੀਂ ਕੋਈ ਇਤਨਾ ਪੁੱਛ ਨਹੀਂ ਸਕਦੇ ਤੁਸੀਂ ਉਹਨੇ ਖਾੜੇ ਵਾਲ ਆਵੇ ਉਹਨੇ ਮਿਹਨਤ ਦੇ ਬਾਰੇ ਦੱਸੋ ਕੀ ਕਿਤਨਾ ਲੈਂਦੇ ਹਨ ਮਿਹਨਤ ਤਕਰੀਬਨ 8-9 ਸੌ ਬੈਠਕਾਂ ਲੈਂਦਾ ਅੱਛਾ ਅੱਛਾ ਮੇਰੇ ਦੌਰ ਦੇ ਵਿੱਚ ਤਾਂ ਗ੍ਰਾਮ ਨਾਲ ਵੀ ਥਈਏ ਉਹਦੀ ਪੁੱਛਿਆ ਰਾਜੂ ਰਾਕਾਟ ਨਾਲ ਕੀਤੀ ਗਈ ਸਾਡਾ ਸੈਂਕਲਾ ਨਾਲ ਕੀਤੀ
ਮੈਂ ਨਹੀਂ ਠੀਕ ਸਾਦਾ ਕੰਗਾਂ ਨੇ ਸਿੱਧੀ ਗੁੰਗਾ ਲੇ ਉੱਠਾ ਅੱਛਾ ਉਹਦੇ ਨਾਲ ਹੀ ਮੈਂ ਨਹੀਂ ਠੀਕ ਸਦੀ ਗੁੰਗੇ ਵਾਲੇ ਨਾਲ ਪਾੜੇ ਕਨੋ ਚੋਕਾਰ ਸਾ ਪਹਿਲੇ ਕਨ ਲੜਨ ਤੇ ਆਇਓ ਮੇਰੇ ਕੋ ਕੀ ਰਸ ਪਹਿਲੇ ਪਹਿਲੇ ਤੇ ਲੜਦੇ ਹਾਂ ਹਾਂ ਮਤ ਤੂੰ ਤਾਂ ਨਾਲ ਜਲੇ ਮੈਂ ਜੇ ਲਉ ਤਾਂ ਹੁੰਦਾ ਯਾਨੀ ਕਿ ਦੀ ਪੂਰੇ ਖਲਣ ਲੱਗੇ ਅੱਛਾ ਸਾਡਾ ਵੱਡਾ ਵਿਰਾਹ ਹੈ ਜੀ ਦਾਤ ਪੋਤਰਾ ਹਾਂ ਤੂੰ ਵੱਡਾ ਅੱਛਾ ਆਪਣੇ ਦੌਰ ਦਾ ਬਾਤ ਖਾ ਪੈ ਅੱਛਾ ਇਹ ਜਿਹੜਾ ਸ਼ੁਰੂਆਤ ਇੱਥੇ ਰਹੀ ਵੇ ਇਹ ਸਾਰੇ ਰੇਤ ਦੇ ਟਿੱਬਿਆਂ ਸੁਣਨੇ ਸੀ ਤੇ ਇੱਥੇ ਹੀ ਵਰਦੇਸ਼ ਕਰਨੇ ਹਾਂ ਅੱਛਾ ਰੇਤ ਤੇ ਦੌੜ ਲੈਨੇ ਹਾਂ ਲੱਥਾ ਆ ਚੜਾ ਗਿਆ ਲੱਥਾ ਆ ਚੜਾ ਗਿਆ ਲੱਥਾ ਆ ਅੱਛਾ ਇੱਕ ਰੱਖਾ ਵੀ ਜਾਨ ਨਹੀਂ ਹੈ ਕਿ ਉਹ ਮੇਰਾ ਸਮੀਰ ਗਲਨ ਕੇ ਵੀ ਉਹ ਜੋ ਹੂੰ ਦੀ ਤੋਂ ਵਜਿਆ ਹੀ ਮੈਂ ਮੈਂ ਵੀ ਕਰ ਲੈ ਵੈਨਾ ਠੀਕ ਇਹ ਨਹੀਂ ਕਿ ਅਸਾਂ ਜੇ ਲੱਕੇ ਜੋ ਕਰਾਸ ਕਰੋ ਨਾ ਲੈਨ ਮੈਂ ਬਾਬੂ ਜੀ ਵੈਨਾ ਲੈਨ ਨਾ ਜੋ ਆਪਣੀ ਰੋਡ ਜੜਾ ਤੀ ਠੀਕ ਮੈਂ ਵੈਨਾ ਹਾਂ ਮੋਰ ਇੱਕ ਰੇਲਵੇ ਪੁਲ ਹੈ ਉਹ ਤੇ ਤੇ ਉਹ ਵੈਨਾ ਉਹ ਤੇ ਯਾਨੀ ਕਿ ਅੱਧਾ ਵਾਦ ਮਕਲ ਸਫਰ ਜਿਵੇਂ ਅੱਧਾ ਵੱਡਾ ਜਵਾਨਾ ਸਫਰ ਹੈ ਅੱਧਾ ਵੱਡਾ ਕਰ ਲੈਂਦਾ ਅੱਛਾ ਠੀਕ ਹੈ ਨਾ ਉਹ ਜਿਹੜੇ ਯਾਨੀ ਕਿ ਸਿਆਲੇ ਦੇ ਵਿੱਚ ਜੇ ਲੇਸ ਕਰਿਆ ਤੇ ਆਉਂਦਾ ਉਹ ਪੈਂਦਾ ਜਿਹੜੇ ਸ਼ੁਹਰ ਪੈਂਦੇ ਨੇ ਅੱਜ ਕੱਲ੍ਹ ਇਹੋ ਜਿਹੇ ਕੱਪੜੇ ਹੂੰ ਵਾਲੇ ਉਹ ਜਿਹੜੇ ਲਿਆਉਂਦਾ ਉਹਦਾ ਭੁੱਸਾ ਆ ਅੱਛਾ ਟਰੋਦਰ ਪਾਤੇ ਵੀ ਨੇ ਅੰਦਰ ਸਹੀ ਉਹ ਜਿਹੜੇ ਆਗਾ ਭੁੱਸਾ ਵਾਲਾ ਤੇ ਮਾਇ ਵੰਨਿਆ ਖਲੀਫਾ ਉਹਦੀ ਚਾਹ ਪੀ ਸ਼ਾਪੀ ਕਰਿਆ ਪਾਣੀ ਭਰ ਦੇ ਵਿਆ ਵਜ਼ੂ ਕਰਾ ਵਿਆ ਨਮਾਜ਼ ਪੜਿਆ ਨਮਾਜ਼ ਪੜ੍ਹ ਕੇ ਰੁਮਾਲ ਕਰ ਦਿੱਤੀ ਠੀਕ ਠੀਕ ਇਹ ਹੁੰਦੀ ਹੁੰਦੀ ਕਿ ਯਾਨੀ ਕਿ ਇਫਤਦਾ ਸ਼ੁਰੂ ਪਲਵਾਨੀ ਦੀ ਯਾਨੀ ਕਿ ਉਹ ਬੰਦਾ ਕਰਾਉਣ ਵਾਲਾ ਜਿਹੜਾ ਇਹ ਇੱਕ ਦੁਹਾਰ ਖਲੀਫਾ ਪਲਵਾਨ ਤੇਲ ਨਾ ਲਾਵਿਆ ਉਹ ਰੋਟੀ ਕਹਿਣਾ ਖਾਵੇ ਅੱਛਾ ਸਾਡੀ ਵਾਲਦਾ ਸਾਹਿਬ ਨਾਰਾਜ਼ ਸੀ ਵਿਆ ਖਲੀਫਾ ਨੂੰ ਕਿਹਾ ਜਵਾਬ ਵਿੱਚ ਰੋਟੀ ਨਹੀਂ ਖਾਂਦੀ ਫਲਾਂ ਨਾਰਾਜ਼ ਸੀ ਜਾਂ ਅੱਜ ਅੰਮਾ ਮੈਂ ਕਿਹੜੇ ਮਰਦ ਦਵਾ ਜੇ ਪਲਵਾਨੀ ਨਹੀਂ ਕਹਿੰਦਾ ਮੈਂ ਸਵੇਰੇ ਘਰ ਚਲਾਵੇ ਅੱਛਾ ਅੰਮਾ ਉਹਦੇ ਮੇਰਾ ਸਵਾਗਰਾ ਕਰਿਆ ਔਰ ਬਾਹਰ ਆਇਆ ਵਾਲੀ ਕੋ ਆਖਿਆ ਮੈਂ ਤੂੰ ਨਾਗਾ ਨਹੀਂ ਕਰਨਾ ਵਾਲੀ ਕੋ ਨਾਗਾ ਨਾ ਕਰਾਣਾ ਤਾਂ ਅੱਜ ਤਾਂ 8 ਦਿਨ ਪਲਵਾਨੀ ਕਰਨ ਤਾਂ 2 ਮਹੀਨੇ ਵਧੇ ਰਹਾ ਅਕੁਸ਼ਤੀ ਕਹਿੰਦਾ ਪਲਵਾਨ ਨਹੀਂ ਯਾਨੀ ਕਿ ਉਹ ਵੇਲੇ ਮੇਰਾ ਬਾਬਾ ਕਹਿੰਦਾ ਆਦਾ ਤੂੰ ਬਲੇ ਇਕੱਠੇ ਪੜ ਜਾਂ ਨਾ ਦੂ ਸਕੂਲ ਵੇਂਜਨ ਜਾਂ ਦਰਸ ਵੇਂਜਨ ਜਿਹੜਾ ਡੂ ਦੇ ਨਹੀਂ ਗਿਆ ਉਹ ਡੂ ਸਬਕ ਪਿੱਛਾ ਥੀ ਚਾਰ ਦੇ ਨਹੀਂ ਗਿਆ ਚਾਰ ਦੇ ਪਿੱਛਾ ਥੀ ਅੱਜ ਤਾਂ ਰੂਟੀਨ ਹੈ ਨਾ ਬਾਲਾਂ ਦੀ ਇਹਨਾਂ 8 ਨੇ ਪਲਵਾਨੀ ਕੀਤੀ ਕੁਸ਼ਤੀ ਆ ਗਈ ਹੁਣ ਅੱਜ ਕੱਲ੍ਹ ਤੇਲ ਲੈਂਦੇ 5-6-7 ਮਹੀਨੇ ਮੈਂ ਟੈਕ ਦਾ ਰੁਮਾਲ ਵੀ ਤੇਲ ਠੀਕ ਅੱਛਾ ਉਹਨੇ ਨਾਗਾ ਕਰੇ ਨਹੀਂ ਕੀਤਾ ਖਾੜੇ ਦਾ ਰੋਜ਼ ਖਾੜਾ ਕਰੇ ਬਈ ਗਾਲ ਤੂੰ ਕੋਲ ਆ ਕੇ ਤਾਂ ਰੂ ਸਾਨੀ ਪਲਵਾ ਅੱਜ ਤੇ ਵੀ ਪਲਵਾਨੀ ਕਰਨ ਦੇ ਤੂੰ ਅੱਧੀ ਮੇਰਾ ਦਲਾ ਤੇ ਜਾਈ ਦਲਾ ਚੌਥਾ ਸਾਲਾ ਲਾ ਜ਼ਰੂਰ ਰੋਜ਼ ਕਰ ਰੋਜ਼ ਹਾਂ ਬਿਲ ਵਾਲੋ ਜੇ ਬਾਤ ਵਾਲ ਜੇ ਕੋਈ ਚੰਗੀ ਕੁਸ਼ਤੀ ਹੋਇਆ ਵਾਲਾ ਕਿਹਾ ਸੈਂਕਲਾ ਯਾਰ 100 ਤਾਂ ਮੇਰੇ ਨਾਲ ਹੀ ਲਾ ਲਓ ਨਾ 100 ਤੂੰ ਵਾਲੇ ਦੇ ਨਾਲ ਲਾ ਚਲੋ ਮੇਰੇ ਦੇ ਲਾ ਅੱਬੇ ਦੇ ਨਾਲ ਲਾ ਉਹ ਲਾ ਕੇ ਅੰਮਾ ਦੇ ਨਾਲ ਲਾ ਛੇਕੜੇ ਜਾ ਕੇ ਯਾਰ ਇੱਕ ਤੋਂ ਮੈਂ ਦਰਵੇਸ਼ ਮੇਰੇ ਨਾਲ ਮੇਰਾ ਲਾਈ ਲੋਈ ਕਰਾ ਲਾ ਮੁੱਕੇ ਮੁਕਾ ਬਲਾ ਮਰਵਾ ਛੋੜਿਆ ਅੱਛਾ ਆਖਰੇ ਜਦ ਹੱਥ ਦੁਨੇ ਦੇ ਮੁੱਕਿਆ ਬਲਾ ਕੇ ਅੱਗੇ ਤੇ ਲਾ 400 ਨਾਲ ਲਾ ਤਾਂ ਮੈਂ ਦਰਵੇਸ਼ਾਂ ਦੀ ਖਿਦਮਤ ਕਰਾਂ ਉਹਦੇ ਨਾਲ ਲਾ ਦੇ ਠੀਕ ਠੀਕ ਅੱਛਾ ਉਹਨੇ ਤੇ ਬਾਅਦ ਸੈਫਲ ਦਾਤ ਪੁੱਤਰ ਦੇ ਦਿਸਾਉ ਜੇ ਇਹ ਕਿਹਨਾਂ ਪਰਵਾਨ ਹੈ ਸੈਫਲ ਦਾਤ ਪੁੱਤਰ ਬਹੁਤ ਵੱਡਾ ਪਰਵਾਨ ਠੀਕ ਦਾ ਛੇਡੂ ਬਹੁਤ ਵੱਡਾ ਪਰਵਾਨ ਇਹਨੇ ਦੀ ਮਿਹਨਤ ਦੇ ਬਾਰੇ ਥੋੜਾ ਦੱਸਿਆ ਜੇ ਕੁਛ ਤਾਂ ਸੈਫਲ ਦਾਤ ਦਾ ਦੌਰ ਚੰਗੀ ਨੇ ਨਾ ਖੂ ਹਾਲੂ ਹੋਇਦਾ ਠੀਕ ਇਹ ਅਸਾ ਸਾਡਾ ਤਲਬਦਾਰੀ ਘਰ ਵਿਆਹ ਸਾਡਾ ਖਾਰਾ ਬਣਾ ਕਰੂੰ ਅਸਾ ਉਹਦੇ ਖੂ ਦੇ ਖਾਰ ਕੋ ਨੂੰ ਚੰਗਾ ਬੁਲਾ ਸਫਰਾ ਉੱਚੂ ਭਿੜਨਾ ਤੇ ਲੂਏ ਦਾ ਖੂ ਦੇ ਕਨਾਲ ਜ਼ਮੀਨ ਵੀ ਪਿਲਣਾ ਤੇ ਇਹ ਇਤਨੀ ਵੱਡਾ ਪਲਵਾਨ ਤੇ 2 ਸਾਲ ਤੱਕ ਭੋਲਾ ਗਾਡੀ ਵਾਲਾ ਸੈਫਲ ਜੱਟ ਹੈ ਇਹਨੂੰ ਸਮਝ ਨਾ ਆਈ ਇਹ 2 ਸਾਲ ਪਾਕਿਸਤਾਨ ਦਾ ਰੁਖ ਸੰਭਲੀ ਇਹਨੇ ਇਹਨੇ ਚੈਲੇਂਜ ਨਹੀਂ ਕੀਤਾ ਭੋਲੂ ਬਿਆਦਰ ਖਤਮ ਹੈ ਸਾਰਾ ਬੱਚਾ ਹੈ ਤੇ ਉਹਨਾਂ ਨੂੰ ਚੈਲੇਂਜ ਕਰਿਆ ਉਹ ਆਵੇਂ ਨਹੀਂ ਕਹਿਣਾ ਪੜੇ ਜੇ ਰੁਖ ਸੰਭਲੀ ਹੈ ਇਹਨੂੰ ਪਤਾ ਕਰਨਾ ਇਹ ਪਿੱਛੇ 4 ਪਲਵਾਨ ਬਣ ਗਏ ਸਾਹਿਬਾ 2 ਵੱਡਾ ਪਲਵਾਨ ਤੇ ਰਿਆਤ ਦੇ ਸਾਹ ਝੜੂ ਵੱਡਾ ਪਲਵਾਨ ਤੇ ਸੈਫਲ ਖਾਨ ਸੋਤਰੇ ਸੋਤਰੇ ਸਕੇ ਸੋਤਰੇ ਜੀ ਠੀਕ ਹੈ ਤਾਂ ਉਹਨਾਂ ਨਾਲ ਪਕੜ ਜਾ ਕਰ ਲੈਣੇ ਆ ਖਾੜੇ ਛਾੜੇ ਖਾੜਾ ਤੇ ਖੇਡ ਜਾ ਅੱਛਾ ਪਲਵਾਨ ਹਰ ਪਸਾਨ ਨਾਲ ਯਾਨੀ ਕਿ ਤੱਲੇ ਬਾਂਧਾ ਕਰਾ ਠੀਕ ਯਾ ਜਿਹੜਾ ਬੰਦਾ ਉਹ ਫਲੇਲਾ ਇਹ ਤੜਾ ਕਾਟ ਯਾਨੀ ਕਿ ਕੋਲੇ ਬਟਾ ਦਵਾ ਠੀਕ ਤੱਲੇ ਕਹਿੰਦਾ ਗੋਡੇ ਕਹਿੰਦਾ ਠੀਕ ਹੈ ਠੀਕ ਹੈ ਉਹਦੇ ਯਾਨੀ ਕਿ ਇਹ ਮਾਰ ਕਾ ਖੜਨ ਕੋਈ ਠੀਕ ਅੱਜ ਦੇ ਪਲਵਾਨ ਨੇ ਕੋਈ ਹੋ ਜੀ ਕਹਿੰਦਾ ਸਹੀ ਵੱਡੇ ਪਲਵਾਨ ਨੇ ਚਾਵੇ ਜਿਹੜਾ ਇੱਕ ਬੰਦਾ ਇੱਥੇ ਰਹਿ ਗਿਆ ਤੇ ਵਾਲੇ ਇੱਥੇ ਮਰੀ ਤੇ ਉਹਨੇ ਬਾਰੇ ਵੀ ਸਾਫ ਉਹ ਖਲੀਫਾ ਉਹ ਕਿੱਥੇ ਦਾ ਆ ਸ਼ੇਕ ਜੀ ਇੱਕ ਪਹਿਲਵਾਨੀ ਕਰਾਉਣ ਦਾ ਜਿਹੜਾ ਉਸਤਾਦ ਦੀ ਗੌਰਮੈਂਟ ਨਾ ਉਹ ਗੌਰਾ ਪਰਮਾਨ ਪਲਵਾਨ ਦੀ ਕੋਈ ਜੀ ਚਰਾਕ ਥੰਗ ਲੈਣਾ ਅੱਛਾ ਜੋ ਤਲ ਸੱਟਾ ਸ਼ਾਮ ਲੈ ਤਲ ਛੁੜਵਾਨੇ ਉਹ ਆਂਜੜੀ ਦੇ ਨਾਲ ਬੋਲੇ ਨਾ ਅੱਛਾ ਚਰਾਕ ਜੰਗਲ ਹਾਂ ਪਲਵਾਨ ਸਾਰਾ ਖਲੀਫਾ ਨਾ ਬੋਲੇ ਅੱਛਾ ਹਾਂ ਭਾਈ ਕੀ ਗੱਲ ਹੈ ਖਲੀਫਾ ਜੀ ਬੰਦਾ ਤੇ ਤਲੂ ਛੋੜੇ ਇਹ ਕੋਈ ਪਲਵਾਨ ਹੈ ਜੀ ਮੇਲ ਲੜਦੇ ਉਹਨੂੰ ਇੱਕ ਵਾਰੀ ਚੇਲ ਫਸਾ ਵਿਆ 2 ਵਾਰੀ ਫਸਾ ਵਿਆ ਉਹ 1 ਮਿੰਟ ਥੱਕ ਜਾਂਦੀ ਮਰਦੀ ਢਾੜੇ
ਨੇ ਪੁਛਤੀ ਤੇ ਉਹ ਥੋੜੇ ਦਿਨ ਬਾਅਦ ਪੁਛਤੀ ਪਹਿਲਵਾਨ ਇੱਕ ਵਾਰੀ ਜੇਲ ਫਦੇ ਨਿਕਲ ਗਿਆ ਦੂਜੇ ਵਾਰੀ ਫਦੇ ਜੇਲ ਤੀਜੇ ਵਾਰੀ ਹੂੰ ਕਿਤੇ ਸੱਟਾ ਤੇ ਲੜਾ ਇਤਨੀ ਦੇਰ ਲੱਗਣੀ ਸੀ ਘੰਟਾ ਦੀ ਕਮ ਪਰ ਆਖਰੀ ਉਮਰ ਤੱਕ ਇਥੇ ਹੀ ਰਹਿ ਗਿਆ ਆਖਰੀ ਉਹ ਮੋਇਆ ਹੀ ਟਾਈਮ ਦਾ ਵਕਤ ਸਾਈਂ ਵੀ ਪੂਰੀ ਕਵਰੀ ਸਾਈਂ ਹੈ ਅੱਛਾ ਸਾਰੇ ਖਾਨਦਾਨ ਤੇ ਕਿਹੜੇ ਇਲਾਕੇ ਦਾ ਹੀ ਬਾਗ ਪਤਨ ਦਾ ਸਹੀ ਤੇ ਕੋਈ ਬਾਹਰੋਂ ਦੇ ਮੁਕਾਬਲੇ ਕਿਹੜੇ ਕਰੇ ਲੜਿਆ ਨੂੰ ਸੈਫਲ ਖਾਨ ਅੱਛਾ ਬਸ ਇੰਡੀਆ ਤੇ ਪਹਿਲਵਾਨ ਨਾਲ ਲੜੇ ਸਹੀ ਇੰਡੀਆ ਲਈ ਥਾਂ ਹੀ ਲੜੇ ਠੀਕ ਠੀਕ ਅੱਛਾ ਇਹ ਕੋਈ ਡਿਸਾਈਨ ਹੈ ਨਾ ਆਪ ਦੀ ਉਹ ਯਾਦਗਾਰ ਕੁਸ਼ਤੀ ਕਿਹੜੇ ਲੜਿਆ ਨੂੰ ਕਿਹਨੇ ਨਾਲ ਲੜਿਆ ਨੂੰ ਮੈਂ ਦੇ ਸੈਕਲਾਂ ਦੇ ਬਾਰੇ ਚ ਦਿਖਾਇਆ ਗਿਆ ਇਹ ਉਹ ਕੁਸ਼ਤੀ ਦਾ ਕੁਸ਼ਤੀ ਹੈ ਇਹ ਬਾਕੀ ਤੋਂ ਕਾਇਮ ਬੰਦੇ ਨਾਲ ਉਹ ਮੈਂ ਇਹ ਤਾਂ ਅਖੜਾ ਨੇ ਥੋੜੀ ਜਿਹੀ ਫਲਾਣ ਕੋਲ ਜ਼ੋਰੇ ਡਾਢਾ ਨਿਕਲੇ ਆਈ ਆਪ ਨੂੰ ਤਕਲੀਫ ਦਿੱਤੀ ਇਸ ਦੇ ਮਾਰਾ ਇਕਰਾਮ ਤੇ ਖੁਰਾਕ ਕਿਆ ਕਿਆ ਇਸਤੇਮਾਲ ਕਰਨੇ ਆ ਦੇਸੀ ਮੁਰਗੀਆਂ ਦਾ ਅੱਛਾ ਨਹੀਂ ਮੇਰੇ ਕੋਲ ਬੱਕਰੇ ਦਾ ਕੋਈ ਖਾਣਾ ਦੇਸੀ ਮੈਂ ਕੱਟਾ ਛੱਟਾ ਹਰ ਜਾਇ ਚਲਦੀ ਹੈ ਕੋਈ ਇਹਦਾ ਨਖਰੇ ਬਾਦ ਬੰਦਾ ਮੈਂ ਨਹੀਂ ਜੇਰਾ ਮਿਲੋ ਨੇ ਕਰ ਬਟੇਰੇ ਸਾਰਾ ਕੁਝ ਚੱਲਦਾ ਜੋ ਆ ਗਿਓ ਬਾਬਾ ਉਹ ਮੀਰਾ ਕੀ ਕਰੇਗਾ ਹਰ ਹਰਨਾ ਦਾ ਸ਼ਿਕਾਰੀ ਕਰੇਂਦਾ ਉਹ ਖੋਦ ਕਰੇਂਦਾ ਆਪਣੇ ਹੱਥੇ ਕਰੇਂਦਾ ਉਹ ਹੀ ਖਾਂਦਾ ਦਾ ਜੀ ਲਾਈ ਬੜੀ ਪੀਂਦਾ ਹਾਂ ਘੀ ਦਾ ਕਿਤੇ ਸਮਾਂ ਖਾਂਦਾ ਅੱਛਾ ਜੋ ਵੀ ਕੰਮ ਖਾਂਦਾ ਦੋ ਸਰਦਾਈ ਤਰਾ ਤਰਾ ਟਾਈਮ ਪੀਉਣੀ ਜੋ ਮੇਰਾ ਖਿਆਲ ਹੈ ਜੇ ਦਿਆਂ ਲਈ ਖਾਂਦੇ ਸੀ ਆਦੇ ਪਾ ਕੰਮ ਤੇ ਰੋਜ਼ ਜੋ ਲਖਵੀ ਆ ਸਾਥ ਉਹ ਸਾਥ ਖੜਿਆ ਸੀ ਜੋ ਖਾਣ ਵਾਲੇ ਬਾਤ ਹੈ ਦਾ ਅੱਲਾਹ ਵਸਾ ਖਾਂ ਬਲੋਚੂ ਇਥੇ ਹੀ ਖਾੜਾ ਕਿਤੋ ਸਵਾਲ ਤਕੜਾ ਥਿਆ ਉਹ ਦਸੇ ਸੋ ਅਖਾੜੇ ਤੋਂ ਉੱਠੇ ਮਹਿਮਾਨ ਨਵਾਜ਼ ਕਿਵੇਂ ਆਈ ਬਹੁਤ ਮਹਿਮਾਨ ਨਵਾਜ਼ 15 ਪਹਿਲਵਾਨ ਬੈਠੇ ਹਨ ਬੱਚਾ ਹੈ ਜਾਂ ਗਰੀਬ ਘਰ ਦੇ ਚਲੋ ਤੋ ਅੱਲਾਹ ਫਿਰ ਰਹਿਮਤ ਫਰਮੇ ਖਾਂਦੇ ਪੀਂਦੇ ਗਾਣੇ ਜਾਨੀ ਕਿ ਗਰੀਬ ਜਿਹੜਾ ਲਬਾਏ ਗਏ ਨੇ ਬੋਟੀਆਂ ਹੁੰਦੇ ਕੋ ਰੱਖਿਆ ਮੇਰੇ ਪਤਰੀ ਜੇ ਉਹਦੀ ਦਾਵਤ ਕੀਤੀ ਹੈ ਚੰਗਾ ਖਾਣਾ ਪਕਾਇਆ ਸੀ ਉਹ ਬੋਟੀਆਂ ਹੁੰਦੇ ਕੋ ਰੱਖੇ ਜੀ ਬੜਾ ਆਪ ਚੋਰੇ ਮਰੋ ਯਾਰ ਬਹੁਤ ਬਾਅਦ ਇਹ ਕਿਤੇ ਯਾਰ ਤੋਂ ਇਹ ਕਹਿ ਕੀਤੇ ਮੈਂ ਤਾਰੇ ਕਿਤੇ ਕਿਦਾ ਵਾਲੇ ਯਾਰ ਕਿਸਮਤ ਤੋਂ ਅੱਲਾਹ ਗਏ ਨੇ ਮੈਂ ਤੇ ਰੋਜ਼ ਅੱਲਾਹ ਹੀ ਹੋ ਜਾ ਰਿਹਾ ਸੀ ਠੀਕ ਬੜਾ ਪੂਰੀ ਕਰਦਾ ਪੈਸੇ ਸਾਨੂੰ ਕਰਨ ਮੰਗਦਾ ਮੈਂ ਉਹੀ ਕਰਨ ਮੰਗਦਾ ਸਾਨੂੰ ਲੂ ਆਤਰ ਕੇ ਉਹ ਅੱਜ ਕਾ ਉਹ ਵੇ ਲਾਇਆ ਕਰੇ ਅੱਛਾ ਉਹਨੇ ਤੇ ਬਾਜ਼ਾਰ ਉਹਨੇ ਆਪਦੇ ਪੁੱਤਰੇ ਕਿਹੜੇ ਕਿਹੜੇ ਕਰਿਆ ਨੇ ਪਰਵਾਨੀ ਆਪਦੇ ਜੀ ਨੇ ਅੱਲਾ ਦੀ ਚੱਕਾ ਕਰਵਾਈਏ ਅੱਛਾ ਅੱਲਾ ਦੀ ਚੱਕਾ ਕਰਵਾਈਏ ਆਪਦੇ ਕੰਮ ਕਰਵਾਈਏ ਠੀਕ ਮਾਂ ਨੇ ਕੰਮ ਕਰਵਾਈਏ ਇਹਦੀ ਲੱਤ ਟੁੱਟ ਗਈ ਆਪਦੇ ਨਾਲ ਇਹ ਹਾਲਾਂਕਿ ਪਹਿਲਵਾਨ ਹਾ ਇਹ ਪਹਿਲਵਾਨ ਹਾ ਇੱਤਾ ਦਾ ਚੰਗਾ ਨਾਮ ਕਰ ਗਿਆ ਕੋਈ ਪਹਿਲਵਾਨ ਬਣ ਚੁੱਕਾ ਉਹਦੀ ਲੱਤ ਟੁੱਟ ਗਈ ਦੇਖੇ ਉਹਦੀ ਲੱਤ ਟੁੱਟੀ ਮੁੱਲ ਜਿਹੜੇ ਆਖਰੀ ਉਮਰ ਗੁਜ਼ਰੀ ਰਮਜ਼ਾਨ ਸ਼ਰੀਫ ਪਹਿਲੇ ਦੱਸ ਦਿੱਤਾ ਉਹਦੇ ਬਾਵਜੂਦ ਈਦ ਗੁਜ਼ਰੀ ਚੁੱਕ ਨਹੀਂ ਕੀਤੀ ਇਸ ਤੋਂ ਅੱਛਾ ਉਹਦੇ ਹਰਜੀ ਚਾਹੇ ਤੂੰ ਉਹਦੇ ਹੀ ਮੌਤ ਠੀਕ ਠੀਕ ਮੈਂ ਲੂ ਜਾਨੀ ਕਿ ਕੋਈ ਹਰਜੀ ਜਾ ਕੋਈ ਠੀਕ ਠਾਕ ਰਿਹਾ ਵਾ ਕੋਈ ਨਹੀਂ ਰਿਹਾ ਠੀਕ ਠਾਕ ਫਿਟ ਫਾਟ ਠੀਕ ਠੀਕ ਆਖਰੀ ਉਮਰ ਦਾ ਕੋਈ ਬਿਮਾਰੀ ਸਿਹਤ ਮੰਦ ਰਹੀ ਹੈ ਫਿਟ ਰਹੀ ਹੈ ਜ਼ਿੰਦਗੀ ਬਾਅਦ ਵਿੱਚ ਜਿਹੜੇ ਵਕਤ ਪੂਰਾ ਥੀ ਉਹ ਵਾਰਾ ਤੋਂ ਮੌਤ ਤਾਂ ਨਾ ਪੜਾਈ ਜਾਂਦਾ ਨਾ ਨਿਜ਼ਾਮ ਥੀ ਆਉਂਦਾ ਸਹੀ ਤੇ ਹਕੂਮਤ ਕੋਈ ਸਪੋਰਟ ਕਰੇ ਨਹੀਂ ਕੋਈ ਹਕੂਮਤੀ ਬਾਛੜਾ ਉੱਪਰ ਆਈ ਮੈਂ ਸ਼ਾਹ ਜੋ ਕੋ ਖੇਡ ਗਿਆ ਨਾ ਕਿਰਾਇਆ ਨਾ ਭਾੜਾ ਨਾ ਰੁਪਿਆ ਨਾ ਦੇ ਲਿਆ
ਤੇ ਚੇ ਕਰੇ ਕੀ ਲੜਤੇ ਇਨਾਮ 1000 ਵਾਲੀ ਹੁੰਦੀ ਕੀ ਦੇਗਾ ਤੋ ਤੂੰ ਸਹੀ ਆ ਤੇ ਤੂੰ ਦੁਆ ਕੋ ਜੋ ਬਾਈ ਤੂੰ ਕੋਈ ਦਾ ਕੋਈ ਕੀ ਆ ਜਾ ਕਿ ਹੁੰਦੀ ਆ ਕਿ ਪਾਣੀ ਆ ਗਿਆ ਠੀਕ ਐਸੇ ਕਮੀਅਤ ਕਹਿਣਾ ਦੇ ਦੇ ਇਨਾਮ ਮੁਫਤ ਦੇ ਦੇ ਯਾਰ ਸਾਈ ਮੇਰੇ ਕੋ ਜਿਹੜਾ ਕੋ ਜਾ ਕੇ ਆ ਤੇ ਬਸ ਯਾਰ ਬਸ ਮੈਂ ਠੀਕ ਆ ਸਾਰੇ ਚਾਚਾ ਆ ਕੇ ਤੇ ਕੋ 18 ਕਿਲੇ ਜ਼ਮੀਨ ਨੇ ਨਾ ਇੰਤਕਾਲ ਗਿਆ ਨਹੀਂ ਤੇ ਪੈਸੇ ਮੈਂ ਕੋ ਥੋੜੇ ਥੋੜੇ ਦੇ ਦਾਂ ਮੈਂ ਕੱਲ ਕੋ ਮਾਰ ਕੇ ਯਾਰ ਤੂੰ ਮਾਰ ਗਿਆ ਤੇ ਕੋ ਬੱਚੇ ਮਰਨ ਦਾ ਡਰ ਤੇ ਮੈਂ ਕੋ ਮੈਂ ਬੁੱਢੜਾ ਤੂੰ ਚੱਲਾ ਵੇ ਮਾਰਦੇ ਇੱਕ ਹੋਇਆ ਇੱਕ ਅੱਲਾ ਦਾ ਕਾਨੂੰਨ ਤੇ ਨਹੀਂ ਵੀ ਲਵੇ ਵਜਰਾਂ ਨੂੰ ਬੁੱਢੇ ਮਾਰ ਵੰਗ ਇਹ ਗੱਲ ਠੀਕ ਹੈ ਮੈਂ ਮੰਨ ਕੇ ਦੀ ਹੱਕ ਹੈ ਬਾਹਰ ਹਾਲ ਤੂੰ ਜ਼ਿੰਦਾਰੀ ਹੋ ਮੈਂ ਮਰ ਗਿਆ ਵਾਲੀ ਤੱਕ ਬਚ ਕੇ ਤੇ ਤੂੰ ਮਰ ਗਿਆ ਮੈਂ ਜਿਦਾਂ ਵਾਲੀ ਤੱਕ ਬਚ ਕੇ ਤੂੰ ਗੇਨ ਕਹਿਣਾ ਕਿ ਮੈਂ ਵਾਲੀ ਮੈਂ ਠੀਕ ਠੀਕ ਲਾਲਾ ਚਲ ਇਹਦੇ ਲਾਤਾ ਤੁਹਾਨੂੰ ਬਿਠਾਇਆ ਸੀ ਨਾ ਅਚਾਰ ਅਫਸਰ ਆਖ ਬਣੇ ਹਾ ਕਿਹੜਾ ਕੋਈ ਹਾ ਵੱਡਾ ਅਫਸਰ ਉਹ ਆ ਕੇ ਦਾਤ ਕੋਲ ਜਾ ਕੇ ਚਾਹੀਦੇ ਕੇ ਦੇ ਮੈਂ ਆ ਕੇ ਬਸ ਵਾਲੀ ਦੁਆ ਵਾ ਅੱਛਾ ਹਾਲਾਂਕਿ ਨਾ ਕੋਈ ਮੈਨੂੰ ਪੁਰਾਣੀ ਚਾਹੀਦੀ ਇਹ ਕੋਈ ਪੁਰਾਣੀ ਜਿਹੜੇ ਨਹੀਂ ਲਾ ਲਾ ਚਲੇ ਪਾਸੇ ਉਹਨੇ ਕੋਈ ਠੀਕ ਜੇ ਤਾਜ ਗੁੱਡੇ ਨੇ ਉਹਨੇ ਅਫਸਰ ਆ ਕੇ ਜੇ ਕੋਈ ਮੰਗੋ ਠੀਕ ਖੁਸ਼ ਠੀਕ ਹੈ ਨਾ ਮੈਂ ਸਹੀ ਇਹ ਮੁਸ਼ਤਾਕ ਹਾਂ ਦਾਇਆ ਹੀ ਕੋ ਆਪਣੇ ਗਾੜੀ ਖੋਲ ਗਾੜੀ ਅੱਛਾ ਮੁਸ਼ਤਾਕ ਬੋਲਾ ਨਾ ਨਾ ਮੁਸ਼ਤਾਕ ਖਾਨ ਨਾਨੀ ਨਾਨੀ ਵਾਲਾ ਠੀਕ ਮੁਲਤਾਨ ਦਾ ਮੁਲਤਾਨ ਦਾ ਹੂੰ ਰਾਇਆ ਪਲਵਾਨ ਕੁਤੇਵਾਲ ਵਿੱਚ ਬੈਠਾ ਆਪਣਾ ਯੋ ਕੇ ਆ ਯਾਰ ਆਪਣੇ ਸ਼ਹਿਰ ਬਾਦਸ਼ਾਹ ਦੇ ਨਾਲ ਅਯੂਬ ਖਾਨ ਅੱਛਾ ਉਹ ਅੰਜ ਸਲਾਮ ਕੇ ਦੋ ਕੌਮ ਦਾ ਬੰਦਾ ਆ ਜਾ ਅਯੂਬ ਖਾਨ ਦੇ ਮੰਨ ਕੇ ਆ ਕੇ 10000 ਰੁਪਏ ਜਾ ਦੇ ਜਾ ਪਾ ਕੇ ਮਤੋਂ ਬਣੀ 20000 ਕਾ ਕੇ ਚਾਰ 50 ਕਾ ਦੀ ਯਾਨੀ ਕਿ ਅਗਲੇ ਲੋਕ ਸਿੱਧੇ ਲੋਕਾਂ ਨੇ ਇਮਾਨਦਾਰ ਲੋਕਾਂ ਨੇ ਲਾਲਚ ਮਾਲਚ ਇਹ ਕਹਿੰਦੇ ਮੋਦੀ ਵਿੱਚ ਕਹੀਂ ਕਹੇ ਦੇ ਕਾ ਨਾ ਲਿਆ ਜਾਏ ਬਿਦਰਤਾ ਤੇ ਹੁਣ ਮੁਸ਼ਤਾਕ ਨਾ ਨੇ ਲਿਖ ਸਾ ਡਿਠਾ ਹੋਏ ਤੇ ਉਹ ਕਿਹ ਜਾਂ ਪਲਵਾਨ ਹੈ ਕੋਈ ਕੁਛ ਤਾਂ ਡਿਠਾ ਹੋਣਾ ਪਹਿਲਵਾਨ ਤਾਂ ਬਹੁਤ ਵੱਡਾ ਉਹ ਨਾ ਮੋਟੇ ਤੇ ਡਿਠਾ ਅੱਛਾ ਜੀ ਮੈਂ ਭਈ ਉਹ ਪਹਿਲੇ ਦਾ ਹੀ ਠੀਕ ਠੀਕ ਦੇਨ ਜਾਂਦੀ ਵੀ ਨਾਨੀ ਵਾਲਾ ਬਹੁਤ ਵੱਡਾ ਪਲਵਾਨ ਹੈ ਯਾਨੀ ਕਿ ਉਹ ਗਾੜੀ ਨਾਲ ਜੋ ਕੁਛ ਸੀ ਗਾੜੀ ਮੈਂ ਪੱਟੇ ਲੱਗਦਾ ਇਵੇਂ ਜੇ ਪੱਟੇ ਲੱਗੇ ਇਵੇਂ ਚੇਲੇ ਚੱਟੇ ਕਰ ਚਾਹਤ ਹੀ ਸੱਟ ਗਏ ਠੀਕ ਮਾਰੀ ਦੇ ਨਾ ਇੱਕ ਤਾਂ ਪਿੱਛੋਂ ਵੱਲ ਤਾਂ ਪੁੱਠੀ ਮੰਨ ਰੋ ਚੱਟੇ ਥੱਲੇ ਲੱਗੇ ਨਹੀਂ ਪੱਟੇ ਇਹ ਆਦੇ ਈ ਕਰਦੇ ਲੱਗਦਾ ਖਿਡਾ ਗਈ ਨੇ ਈ ਕਰਦੇ ਈ ਚਾਹਤ ਪੁੱਟਾ ਦਾ ਅੱਛਾ ਠੀਕ ਜੀ ਤੇ ਸੈਫਲ ਖਾਨ ਦੀ ਕੁਸ਼ਤੀ ਤੇ ਮੁਸ਼ਤਾਕ ਨਾ ਨੇ ਛੋਟਾ ਪਹਿਲਵਾਨੀ ਦਾ ਅਸੂਲ ਤੇ ਜ਼ਿੰਦਗੀ ਦਾ ਇਹ ਹੈ ਕਿ ਜਿਹੜਾ ਪਹਿਲਵਾਨ ਦੇ ਵੱਡੇ ਬੰਦੇ ਦੀ ਕਦਰ ਕਰੇ ਛੋਟਾ ਨਾਲ ਪਿਆਰ ਕਰੇ ਇੱਕ ਪਹਿਲਵਾਨੀ ਦੀ ਇਕਤਦਾ ਕੀਜੀਏ ਵਾ ਲੰਗੋਟ ਦਾ ਸਹੀ ਹੋਵੇ ਠੀਕ ਪਹਿਲਾ ਕੰਮ ਇਹ ਉਹਦਾ ਇਖਲਾਕ ਠੀਕ ਹੋਵੇ ਦੂਜਾ ਕੰਮ ਹੁੰਦਾ ਇਹ ਜੋ ਉਹ ਲੰਗੋਟ ਦਾ ਵੀ ਸਹੀ ਹੋਵੇ ਸਹੀ ਮਿਹਨਤ ਹੀ ਕਰੇ ਸੀ ਵੱਲ ਮੈਂ ਜੇ ਕੋਈ ਨਾ ਕੋਈ ਕਹੇ ਮਕਾਮ 'ਤੇ ਪਹੁੰਚਦੀ ਜਿਹੜਾ ਬੰਦਾ ਇਹਨਾਂ ਕੰਮਾਂ ਦੇ ਵਿੱਚ ਉਹਦੀ ਕੋਈ ਦਿਲਚਸਪੀ ਨਾ ਹੋ ਸਕੇ ਉਹਦਾ ਕੋਈ ਨਾਂ ਸ਼ਾਂਕਾ ਨਾ ਸਕੇ ਠੀਕ ਸੀ ਤਾਂ ਕਿ ਨਾ ਲਿਹਾੜਾਂਗੇ ਤੇ ਜ਼ਿੰਦਗੀ ਵਾ ਖਤਮ ਠੀਕ ਮਿਹਨਤੀ ਪਲਵਾਨ ਦਾ ਨਾਮ ਬੜੇ ਯਾਨੀ ਕਿ ਪਹਿਲੀ ਇਬਤਦਾ ਇਹ ਹੈ ਜੋ ਉਹਦਾ ਇਖਲਾਕ ਬੜਾ ਠੀਕ ਹੋਵੇ ਦੂਜੀ ਗੱਲ ਉਹ ਲੰਗੋਟ ਦਾ ਠੀਕ ਹੋਵੇ ਤੀਜੀ ਗੱਲ ਉਹ ਮਿਹਨਤੀ ਵੀ ਹੋਵੇ ਵੱਲ ਵਿੱਚ ਅੱਲਾਹ ਵਸੀਲਾ ਦਿੰਦੇ ਕਹੇ ਮਕਾਮ ਕੋਈ ਬੰਦਾ ਕਰੇ ਕਹੇ ਫੀਲਡ 'ਚ ਦੇਖ ਲਓ ਜਿਹੜਾ ਕਹੇ ਫੀਲਡ 'ਚ ਬੱਚਾ ਪੜ੍ਹਦਾ ਉਹ ਸੀ ਤਾਂ ਬੜੀ ਮਿਹਨਤ ਕਰੇ ਸੀ ਤਾਂ ਉਹਦਾ ਬੜਾ ਨਾਮ ਸੀ ਵਾਹੀਆਂ ਦਾ ਖਾਸ ਟਾਈਮ ਹੈ ਸਾਰਾ ਇਬਤਦਾ ਹੀ ਮੈਂ ਇਖਲਾਕ ਪਿਆਰ ਤੇ ਉਹਦੀ ਦੇਖਭਾਲ ਟਾਈਮ ਠੀਕ ਅੱਛਾ ਅੱਜ ਦੇ ਜਿਹੜੇ ਦੰਗਲ ਜੰਗਲ ਥੀਨੇ ਪਿਓ ਨੂੰ ਦੇਧੇ ਰਹਿੰਦੇ ਤੁਸੀਂ ਹੁਣ ਮੈਂ ਕਹਿ ਨਹੀਂ ਮੈਨੇ